स्वागत है जी तुहाडा। अज कैबिनेट मंत्री विजय इंद्र सिंगला ने इलाका भवानीगढ़ के वक् वक् स्कूलों का दौरा किया। अज उन्हां फगुवाड़ा दे सीनियर सैकेंडरी स्मार्ट स्कूल विखे पहुँच के नवें बने कमरों का उद्घाटन किया। आम जनता के मुखातब होंदिया उन्हां आख्या कि करोना काल के बचाव लई असी ज़्यादा इकट्ठ नहीं कर रहे, उस कारण विद्यार्थियों स्कूल विच नहीं बुलाया गया। इस मौके सरपंच पंचायत मैंबर हरी सिंह फगुवाला अते चेयरमैन प्रदीप कद भी मौजूद सन। मालवा MBTV तो गुरविंदर सिंह रोमी की रिपोर्ट। ਬੱਚਿਆਂ ਦੀ ਸਹੂਲਤਾਂ ਵਾਸਤੇ ਉਹਦੇ ਕਈ ਸਕੂਲਾਂ ਦਾ ਬੜਾ ਬੁਰਾ ਹਾਲ ਸੀ ਅਤੇ ਉਹ ਸਕੂਲਾਂ ਦੀ ਅਪਗ੍ਰੇਡੇਸ਼ਨ ਵਾਸਤੇ ਇਨਫਰਾਸਟ੍ਰਕਚਰ ਅਪਗ੍ਰੇਡੇਸ਼ਨ ਵਾਸਤੇ ਨਰੀਗਾ ਦੇ ਨਾਲ ਕਨਵਰਸ ਕਰਕੇ ਅਸੀਂ ਪੈਸਾ ਖਰਚ ਕੀਤਾ, ਲੋਕਾਂ ਦੇ ਸਹਿਯੋਗ ਨਾਲ ਪੈਸਾ ਖਰਚ ਕੀਤਾ, ਸਰਕਾਰ ਦਾ ਪੈਸਾ ਅਸੀਂ ਲਿਆਂਦਾ ਤਾਂ ਕਿ ਬੱਚਿਆਂ ਨੂੰ ਸਹੂਲਤਾਂ ਦੇ ਸਕੀਏ, ਤਾਂ ਕਿ ਸਾਡੇ ਪੰਜਾਬ ਦੇ ਬੱਚੇ ਬਾਕੀ ਪ੍ਰਾਈਵੇਟ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੇ ਬਰਾਬਰ ਜਾਂ ਬਾਕੀ ਸੂਬਿਆਂ ਦੇ ਬੱਚਿਆਂ ਨਾਲ ਕੰਪੀਟ ਕਰ ਸਕਣ। ਜਦ ਤੱਕ ਅਸੀਂ ਸਹੂਲਤਾਂ ਨਹੀਂ ਦੇਵਾਂਗੇ ਮੁੱਢਲੀ ਸਿੱਖਿਆ ਦੀਆਂ ਬੱਚਿਆਂ ਵਾਸਤੇ, ਸਹੂਲਤਾਂ ਫੈਸਿਲਿਟੀ ਨਹੀਂ ਦੇਵਾਂਗੇ ਤਦ ਤੱਕ ਬੱਚੇ ਕਿਵੇਂ ਅੱਗੇ ਜਾਣਗੇ। ਇਹ ਬੱਚੇ ਸਾਡਾ ਭਵਿੱਖ ਹੈ ਪੰਜਾਬ ਦਾ, ਸਾਡੇ ਇਲਾਕੇ ਦਾ, ਸਾਡੇ ਸੂਬੇ ਦਾ, ਸਾਡੇ ਦੇਸ਼ ਦਾ, ਅਤੇ ਇਹਨਾਂ ਦੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਸਾਨੂੰ ਇਹ ਗੱਲਾਂ ਕਰਨ ਦੀ ਜ਼ਰੂਰਤ ਸੀਗੀ। ਇਸ ਕਰਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨਮਾਈ ਹੇਠ ਹਮੇਸ਼ਾ ਸਿੱਖਿਆ ਨੂੰ ਪ੍ਰਾਇਰਟੀ ਦਿੱਤੀ ਗਈ ਹੈ, ਔਰ ਉਸ ਪ੍ਰਾਇਰਟੀ ਦਾ ਇੱਕ ਨਤੀਜਾ ਇਹ ਵੀ ਹੈ ਕਿ ਅੱਜ 3 ਸਾਲ ਬਾਅਦ ਜਦੋਂ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ 'ਚ ਆਈ ਹੈ, ਅੱਜ 3 ਸਾਲ ਬਾਅਦ 14% ਇਜਾਫਾ ਓਵਰਆਲ ਇਨਰੋਲਮੈਂਟ ਦੇ ਵਿੱਚ ਹੋਇਆ। ਇਹ ਪਹਿਲੀ ਵਾਰ ਹੈ ਕਿ ਆਜ਼ਾਦੀ ਤੋਂ ਬਾਅਦ ਕਿ ਇੰਨੀ ਵੱਡੀ ਇਨਰੋਲਮੈਂਟ ਦੇ ਵਿੱਚ ਇਜਾਫਾ ਹੋਇਆ, ਔਰ ਮੈਨੂੰ ਖੁਸ਼ੀ ਹੈ ਕਿ ਇਹ ਦੱਸਦੇ ਹੋਏ ਕਿ ਅੱਜ ਸਾਡੇ ਟੀਚਰਸ ਨੇ ਬੜੇ ਵੱਡੇ ਪੱਧਰ 'ਤੇ ਸਹਿਯੋਗ ਕੀਤਾ, ਯੋਗਦਾਨ ਪਾਇਆ, ਕਿਉਂਕਿ ਜਦ ਤੱਕ ਸਾਡੇ ਟੀਚਰਸ ਵਧੀਆ ਐਜੂਕੇਸ਼ਨ ਨਹੀਂ ਦਿੰਦੇ ਤਦ ਤੱਕ ਸਾਡੀ ਇਨਰੋਲਮੈਂਟ ਨਹੀਂ ਵੱਧ ਸਕਦੀ। ਸੋ ਦੇਰ ਆਰ ਮਲਟੀਪਲ ਫੈਕਟਰਸ ਵਾਏ ਸਾਡੀ ਇਨਰੋਲਮੈਂਟ ਵਧੀ ਹੈ, ਵਾਏ ਸਾਡੇ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਗਿਣਤੀ ਵੱਧ ਰਹੀ ਹੈ, ਜਾਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਛੱਡ ਕੇ ਸਰਕਾਰੀ ਸਕੂਲਾਂ 'ਚ ਆ ਰਹੇ ਹੈ, ਸਕੂਲਾਂ ਦਾ ਇਨਫਰਾਸਟ੍ਰਕਚਰ ਬੈਟਰ ਹੋ ਰਿਹਾ, ਐਜੂਕੇਸ਼ਨ ਬੈਟਰ ਹੋ ਰਹੀ ਹੈ, ਅਤੇ ਉਹਦੇ ਨਾਲ ਇਨਰੋਲਮੈਂਟ ਬੈਟਰ ਹੋ ਰਹੀ ਹੈ। ਤੋ ਇਹ ਸਾਰੀਆਂ ਮਲਟੀਪਲ ਫੈਕਟਰਸ ਹੈ ਜਿਹਦੇ ਵਾਸਤੇ ਅੱਜ ਸਿੱਖਿਆ ਡਿਪਾਰਟਮੈਂਟ ਨੇ ਵੱਡੀਆਂ ਮੱਲਾਂ ਮਾਰੀਆਂ। ਸਰ ਔਨਲਾਈਨ ਐਜੂਕੇਸ਼ਨ ਬੱਚਿਆਂ ਨੂੰ ਦੇਣ ਵਾਸਤੇ ਕਈ ਜਗ੍ਹਾ 'ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਕੋਲ ਫੋਨਸ ਨਹੀਂ ਸੀਗੇ, ਤੋ ਸਭ ਤੋਂ ਪਹਿਲਾਂ ਬਿਕੋਜ਼ ਜਿਹੜੇ 12ਵੀਂ ਕਲਾਸ ਹੁੰਦੀ ਹੈ ਇਹ ਫਲਕਰਮ ਕਲਾਸ ਹੁੰਦੀ ਹੈ ਕਿਸੇ ਵੀ ਬੱਚੇ ਦੇ ਕਰੀਅਰ ਵਾਸਤੇ, ਉਸ ਗੱਲ ਨੂੰ ਦੇਖਦੇ ਹੋਏ ਜ਼ਰੂਰਤ ਸੀਗੀ ਅੱਜ ਕਿ ਸਭ ਤੋਂ ਪਹਿਲਾਂ ਕਲਾਸ 12th ਨੂੰ ਅਸੀਂ ਫੋਕਸ ਕਰੀਏ, ਅਗਲੇ ਸਾਲ ਅਸੀਂ ਕਲਾਸ 11 ਨੂੰ ਫੋਕਸ ਕਰਾਂਗੇ, ਔਰ ਤਾਂ ਕਿ ਸਾਰੇ ਬੱਚੇ ਸਮਾਰਟ ਐਜੂਕੇਸ਼ਨ ਦੇ ਨਾਲ ਬੈਟਰ ਇਕਵਿਪ ਹੋ ਸਕਣ, ਕਿਉਂਕਿ 12ਵੀਂ ਤੋਂ ਬਾਅਦ ਹਰ ਬੱਚੇ ਨੇ ਆਪਣੇ ਪ੍ਰੋਫੈਸ਼ਨਲ ਕਾਲਜ ਦੇ ਵਿੱਚ ਜਾਣਾ।